ਲਾਓ ਵੀ ਮਿੱਤਰੋ ਵੀ ਲਾ ਚੁੱਕੇ ਆਪਣੇ ਸੌਂ ਲੱਗੇ ਖਾਧਾ ਸਵੇਰ ਦਾ ਕੁਛ ਨਹੀਂ ਭੁੱਖ ਲੱਗ ਗਈ ਤੇ ਫਿਰ ਯਾਰ ਵੀ ਬੈਠੇ ਆ ਹਾਥੇ ਦੇ ਟਾਇਰ ਪਵਾ ਦੇ ਮੇਰੇ ਵੀਰੋ ਟਾਇਰ गुड मॉर्निंग जी किवें हो सारे उम्मीद करदा सारे वधिया होंगे ते मैं भी तुहाडी कृपा नाल बहुत वधिया ते बहुत दिनां बाद अज फिर व्लॉग बनाउण लगा हर वार जदी वार भी व्लॉग बनाउणा हुंदा हर वार यही डायलॉग आ मेरा क्योंकि एक व्लॉग पा के महीना दो महीने साडे व्लॉग नहीं आउंदे ते मैनूं मैसेज करन वाले बहुत मैसेज करदे कि भाई तुहाडा व्लॉग नहीं आया फिर भी अज हिम्मत मारन लगा व्लॉग बनाउण लगा व्लॉग कदे बनाउण लगा भाई जी मैं पहलां चला चंडीगढ़ गड्डी दी कोटिंग दी सर्विस आ ते उत्थों सर्विस करवानी है ते सब तो जिहड़ा मेन जरूरी काम आ ओह हैगा जी गड्डी दे टायर हुण मैं थोनू पहला टायर दिखा देवां गड्डी दे सारे टायर की रिम की सारा कुछ दिखाउंदा थोनू मैं चैक करो जी फ्रंट टायर टायर भी वैसे सारे कस चुके आ मैं टायर भी पाउण चला ते आ दूजे दिन हवा निकल जांदी है शायद इहदा रिम रुम बिंगा आ कितों ते उत्थों हवा निकलदी है ते चारे टायर आपां चेंज करा लैणे आ जी जे मैनूं उत्थे कोई व्हील भी पसंद आया ते शायद मैं व्हील भी चेंज करा देवां बाकी कोटिंग करावे कोटिंग वाले ना मेरी हले गल हो ही नहीं उत्थे जाके पता लगेगा क्योंकि उन्होंने मेरा फोन नहीं चुकिया की पता कोटिंग करन नहीं करन सो उत्थे जाके पता लगेगा तो चलो चलते हैं जी अगे दपांशु नूं चकदे आ ते दपांशु नूं चक के चंडीगढ़ नूं चलते हैं फिर उत्थे जाके देखते हैं की हिसाब किताब आ मैं क्या जी पहला टायर च हवा भरा लीए जी बंदे नूं आपां चक लिया आपां तीजा चौथा व्लॉग बनाउण लग गए ना पाउंदे नहीं हैगे ਅੱਧਾ ਛੱਡ ਦੀਦਾ ਬਣਾਵ ਨੂੰ ਕੇ ਫੇਰ ਬਣਾਈ ਦੇ ਨਹੀਂ ਵਾ ਤੂੰ ਐਂਡ ਹੀ ਨਹੀਂ ਕਰਦਾ ਮੁੜ ਕੇ ਸ਼ਾਮ ਨੂੰ ਕਹਿੰਦਾ ਯਾਰ ਛੱਡ ਪਰੇ ਅੱਜ ਆਪਾਂ ਐਂਡ ਕਰਨਾ ਜੀ ਹੁਣ ਵੀ ਮੈਂ ਕੰਮ ਕੁੰਮ ਕਰਕੇ ਆ 11 ਵਜੇ ਸੁੱਤਾ ਵਾਂ ਤੇ ਆ 2 ਵਜੇ ਤੁਸੀਂ ਆ ਕੇ ਉਠਾ ਕੇ ਲੈ ਗਏ ਹੋ ਇਹ ਕਿਸ ਤੋਂ ਜਾ ਹੋਏ ਹੁਣ ਤੁਸੀਂ ਦੱਸੋ ਮੇਰੇ ਨਾਲ ਬਈ ਇਹੀ ਚੱਕਰ ਆ ਮੈਂ ਆਪ 2-3 ਘੰਟੇ ਸੁੱਤਾ ਮੈਂ ਕਿਹੜਾ 2 ਘੰਟੇ ਸੁੱਤਾ 2-3 ਘੰਟੇ ਇਸ ਟਾਈਮ ਤੇ ਬਾਈ ਜੀ ਹੁਣ ਆਪਾਂ ਕੋਡਿੰਗ ਵਾਲਿਆਂ ਨੂੰ ਫੋਨ ਕੀਤਾ ਤੇ ਕੋਡਿੰਗ ਵਾਲੇ ਕਹਿੰਦੇ ਆ ਕਿ ਕੱਲ ਨੂੰ ਆਈ ਉਹ ਨੰਨਾ ਉਹਨਾਂ ਨੇ ਪਾਤੀ ਤੇ ਆਪਾਂ ਚਲੋ ਟਾਇਰਾਂ ਵਾਲੇ ਕੋ ਜਾਇਆ ਨੇ ਟਾਇਰਾਂ ਵਾਲੇ ਕੋ ਦੇਖ ਲੈਨੇ ਕੀ ਹਿਸਾਬ ਕਿਤਾਬ ਆ ਜੇ ਟਾਇਰ ਪਸੰਦ ਆ ਗਏ ਵੀਲ ਪਸੰਦ ਆ ਗਏ ਆਪਾਂ ਪਵਾ ਦੇਣੇ ਆ ਹੋਰ ਕੀ ਨਹੀਂ ਤਾਂ ਫਿਰ ਪਿਛਲਾ ਵਲੋਗ ਖਤਮ ਕੀਤਾ ਕਿ ਨਹੀਂ ਨਹੀਂ ਬਾਈ ਉਹ ਯਾਰ ਮੈਨੂੰ ਵਧੀਆ ਨਹੀਂ ਲੱਗਾ ਵੀ ਮੈਂ ਲੈ ਮੈਂ ਕਿਹਾ ਸ਼ਾਇਦ ਇੰਨਾ ਵਲੋਗ ਚੱਲਣਾ ਹੈ ਪਾਣੀ ਵਾਲਾ ਚਲੋ ਕੋਈ ਚੱਕਰ ਨਹੀਂ ਤੇ ਬਾਕੀ ਹੁਣ ਆਪਾਂ ਟਾਇਰਾਂ ਵਾਲੀ ਦੁਕਾਨ ਤੇ ਚੱਲਦੇ ਆ ਜੀ ਤੇ ਟਾਇਰ ਪਵਾ ਦਿੰਦੇ ਆ ਜੇ ਵਧੀਆ ਲੱਗੇ ਫਿਰ ਤੁਹਾਨੂੰ ਦਿਖਾਉਨੇ ਆ ਕਿਹੜੇ ਟਾਇਰ ਪਵਾਉਨੇ ਆ ਟਾਇਰ ਪਵਾਤੇ ਯੋਂਗਸ ਗੈਂਗ ਵਨ ਓਨਲੀ ਦੀ ਬੰਮਚੀ ਗੈਂਗ ਮੈਨ ਬੰਮਚੀ ਗੈਂਗ ਨੂੰ ਰੱਖਾਂਗਾ ਨਾ ਆਪਾਂ ਨਵਾਂ ਨਾ ਓਕੇ ਬਈ ਲਓ ਵੀ ਮਿੱਤਰੋ ਤੇ ਪਹੁੰਚ ਗਏ ਆਪਾਂ ਮੋਹਾਲੀ ਸਿਟੀ ਸੈਂਟਰ ਟਾਇਰਾਂ ਵਾਲੀ ਦੁਕਾਨ ਤੇ ਆਪਾਂ I20 ਦੇ ਵੀ ਆਪਣੇ ਟਾਇਰ ਇੱਥੇ ਪਵਾਏ ਸੀ ਤੇ ਹੁਣ ਇਹਦਾ ਦੇਖੋ ਕੀ ਹੁੰਦਾ ਕੀ ਨਹੀਂ ਗੱਡੀ ਇੱਥੇ ਲਾ ਦਈਏ ਨਾ ਚਲੋ ਬਈ ਦੇਖਦੇ ਅੰਦਰ ਟਾਇਰ ਵੀਲ ਕੁਛ ਪਿਆ ਹੋਵੇ ਵਧੀਆ ਆ ਜਿਹੜਾ ਇਹਦੇ ਟਾਇਰ ਪਵਾ ਲੈਣਾ ਇੱਕ ਅੱਧਾ ਮੈਂ ਮੈਨੂੰ ਘਰੇ ਸੋ ਲੈਣ ਦੇ ਬਾਈ ਜੀ ਪਹੁੰਚ ਗਏ ਆਪਾਂ ਤੇ ਬਾਈ ਬੰਦੇ ਦੀ ਵੇਟ ਹੋ ਰਹੀ ਪੈਰਿਸ ਬਾਈ ਦੀ ਤੇ ਉਹ ਬਾਈ ਆਪਾਂ ਨੂੰ ਦਿਖਾਊਗਾ ਵੀਲ ਵੂਲ ਜਦੋਂ ਤੱਕ ਨਹੀਂ ਆਉਂਦਾ ਉਦੋਂ ਤੱਕ ਆਪਾਂ ਬੈਠੇ ਹਾਂ ਖਾਣ ਪੀਣ ਨੂੰ ਇੱਥੇ ਕੁਛ ਨਹੀਂ ਮਿਲਿਆ ਆਪਾਂ ਨੂੰ ਆਹੀ ਆ ਵਧੀਆ ਦੁਕਾਨ ਸੀਗੀ ਤੰਬਾਕੂ ਤੰਬਾਕੂ ਖਾਣਾ ਨਹੀਂ ਇੱਕ ਅੱਡੀ ਵਜੇ ਦੁਕਾਨ ਸੀਗੀ ਉੱਥੇ ਹੇਅਰ ਸ਼ੇਕਰ ਖਾਣਾ ਸ਼ੇਕਰ ਆ ਦਹੀਂ ਮੜਾਇਆ ਮਸਾਲਾ ਰਗੜ ਗਈ ਚਲੋ ਬਾਈ ਦੇਖਦੇ ਹਾਂ ਆਪਦਾ ਕੀ ਬਣਦਾ ਕਿਹੜੇ ਟਾਇਰ ਪੈਂਦੇ ਆਪਾਂ ਨੂੰ ਵੀ ਨਹੀਂ ਹਲਦਾ ਪਤਾ ਕੀ ਪਸੰਦ ਆਉਂਦਾ ਦੇਖੋ ਸੋ ਬਾਈ ਜੀ ਤੇ ਪਸੰਦ ਆ ਗਿਆ ਟਾਇਰ ਤੇ ਹੁਣ ਇਹਨਾਂ ਦੇ ਵਿੱਚੋਂ ਇੱਕ ਟਾਇਰ ਆ ਉਹ ਤੁਹਾਨੂੰ ਪਵਾ ਕੇ ਦੱਸਾਂਗੇ ਕਿਹੜਾ ਟਾਇਰ ਆ ਕਰਾ ਦਈਏ ਫਤਿਹ ਬੁਲਾ ਦਈਏ ਫਿਰ ਉਹ ਪਵਾ ਲੱਗਾ ਵਰਨਾ ਜਾਂ ਪਵਾ ਲੱਗਿਆ ਵਰਨਾ ਕਢਵਾਉਣ ਲੱਗੇ ਇਹ ਵੀਲਾਂ ਨੂੰ ਕਰਨ ਲੱਗੇ ਆਪਾਂ ਬਾਏ ਬਾਏ ਤੇ ਟਾਇਰ ਦੇਖੋ ਕਿੰਨੇ ਗੰਜੇ ਹੋ ਚੁੱਕੇ ਆ ਜਮਾਂ ਹੀ ਗੰਜੇ ਹੋ ਚੁੱਕੇ ਟਾਇਰ ਤੇ ਨਵੇਂ ਸ਼ੂ ਨਵੀਆਂ ਝਾਂਜਰਾਂ ਗੱਡੀ ਨੂੰ ਪੈਣ ਲੱਗੀਆਂ ਨਿਊ ਸ਼ੂ ਤੇ ਹਾਈ ਹੀਲਸ ਪਵਾਉਣ ਲੱਗਾ ਮੈਂ ਆਪਣੀ ਰਾਣੀ ਨੂੰ ਹਾਈ ਹੀਲਸ ਹਾਂ ਬਸ ਮੰਗਾਏ ਹੋਏ ਆ ਸਾਨੂੰ 2-2.5 ਘੰਟੇ ਤਾਂ ਹੋ ਗਏ ਇੱਥੇ ਖੜੇ ਨੂੰ ਆ ਜਾ ਸਾਈਡ ਤੇ ਜਾ ਮੈਨੂੰ ਲੱਗਦਾ ਇਹ 'ਚ ਵੀਲ ਵੀ ਆਇਆ ਅਤੇ ਇਹ ਤੋਂ ਬਾਅਦ ਜੀ ਹੁਣ ਵੀਲ ਮੰਗਾਇਆ ਹੋਇਆ ਅਤੇ ਉਹ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਹਾਂ ਅਤੇ ਵੀਲ ਪਵਾ ਕੇ ਫਿੱਟ ਬਿਠਾ ਕੇ ਸਾਰਾ ਪਵਾ ਕੇ ਫਾਈਨਲ ਹੋ ਗਿਆ ਸਭ ਕੁਛ ਫਿਰ ਆਪਾਂ ਨੂੰ ਘਰਾਂ ਨੂੰ ਜਾਣਾ ਅਤੇ ਸੈਵੀ ਦੀ ਗੱਡੀ ਕਢਾਉਣੀ
ਸੈਵੀ ਦੀ ਗੱਡੀ ਸਵੇਰੇ ਦੇਖ ਕੇ ਆਏ ਮੈਂ ਬੇਸਮੈਂਟ ਇੰਨੀ ਨੀ ਲੱਭਦੀ ਵੀ ਗੱਡੀ ਪਾਣੀ ਕਰਕੇ ਸੈਵੀ ਦੀ ਗੱਡੀ ਬਈ ਕਰੂਜ਼ ਮੈਂ ਜੋ ਛੱਤ ਨਾਲ ਪਾਣੀ ਲੱਗਾ ਸੀ ਗੱਡੀ ਥੱਲੇ ਹੀ ਹੁਣ ਜਾ ਕੇ ਦੇਖਾਂਗੇ ਉਹਨੂੰ ਕੀ ਹੋਇਆ ਜਿਹੜੀ ਉੱਚੀ ਗੱਡੀਆਂ ਸੀਗੀਆਂ ਨਾ ਹਾਂ ਉਹਨੇ ਆ ਡਿੱਕੀ ਖੁੱਲੀ ਹੋਈ ਤਾਂ ਨੂੰ ਹਾਂ ਪੂਰੀ ਕੰਡਾ ਵਾ ਸਾਰੀ ਗੱਡੀਆਂ ਜਿੰਨੀਆਂ ਵੀ ਗੱਡੀਆਂ ਸੀਗੀਆਂ ਚੱਲ ਆਪਾਂ ਖੜੇ ਹੋਏ ਹੱਥ ਜੋੜ ਕੇ ਟਾਇਰ ਪਵਾ ਕੇ ਫਿਰ ਉਧਰ ਹੀ ਚੱਲਾਂਗੇ ਸੈਵੀ ਵੱਲ ਦੇਖ ਕੇ ਆਵਾਂਗੇ ਕੀ ਚੱਕਰ ਹੈ ਨਾਲ ਹੀ ਸੇਸਰੇ ਮੈਂ ਵੀਡੀਓ ਬਣਾ ਕੇ ਭੇਜਤੀ ਸੈਵੀ ਨੂੰ ਚਲੋ ਜੀ ਬਾਕੀ ਜਦੋਂ ਗੱਡੀ ਦੇ ਟਾਇਰ ਆ ਗਏ ਤੁਹਾਨੂੰ ਦਿਖਾਉਂਦੇ ਆ ਟਾਇਰ ਵੀਲ ਦੋਨੋਂ ਜਾਣੇ ਓਏ ਆਹ ਗਲਤ ਕੰਮ ਇਸ ਦੁਪਹਿਰੇ ਲਾ ਵੀ ਮਿੱਤਰੋ ਵੀ ਲਾ ਚੁੱਕੇ ਆਪਣੇ ਤੇ ਕੈਬ ਦੇ ਵਿੱਚ ਆਏ ਕੈਬ ਦੇ ਤੇ ਉਹ ਖੜੀ ਆਪਣੀ ਸੁੰਦਰਾ ਇਹਨੂੰ ਪੈਣਗੇ ਖੋਲ ਕੇ ਦਿਖਾਈਏ ਕਿ ਡੱਬਾ ਬਾਅਦ ਚੋਂ ਜਦੋਂ ਇੱਕ ਨੂੰ ਪੈ ਗਿਆ ਉਦੋਂ ਸ਼ੂਜ਼ ਪੂਰੇ ਪਾ ਕੇ ਦਿਖਾਈਦੇ ਹੁੰਦੇ ਫਿਟਿੰਗ ਓਕੇ ਠੀਕ ਆ ਜਰਾਬਾਂ ਜਰਾਬਾਂ ਪਹਿਲੇ ਪੈ ਗਈਆਂ ਬਾਈ ਆਹ ਵੀਲ ਮੰਗਾਇਆ ਸੀ ਅਤੇ ਥੋੜ੍ਹਾ ਜਿਹਾ ਰਗੜਿਆ ਹੋਇਆ ਸਾਈਡਾਂ ਸੂਡਾਂ ਤੋਂ ਤਾਂ ਕਰਕੇ ਕੈਂਸਲ ਕਰਤਾ ਸਾਡਾ ਰੋਡ ਵੀ ਇੱਕ ਉੱਦਾਂ ਦਾਂਸਲ ਵਾਲਾ ਅਤੇ ਡੱਬੇ ਵਾਪਸ ਭੇਜਣ ਲੱਗੇ ਅਤੇ ਸੇਮ ਉਹਦੇ ਨਾਲ ਦਾ ਹੀ ਵੀਲ ਨਵਾਂ ਪਾਉਣ ਲੱਗੇ ਕਿਉਂਕਿ ਉਹ ਥੋੜ੍ਹੇ ਜਿਹੇ ਬੈਂਡ ਹੋ ਗਏ ਵੀਲ ਅਤੇ ਇਹਦੇ ਨਾਲ ਦਾ ਥੋੜ੍ਹਾ ਜਿਹਾ ਤੋਂ ਡਿਫਰੈਂਟ ਜਿਹਾ ਸਿਲਵਰ 'ਚ ਉਹੀ ਪਵਾ ਦੇਣਾ ਅਤੇ ਟਾਇਰ ਪਵਾ ਦੇਣੇ ਆ ਅਤੇ ਦੇਖੋ ਹੁਣ ਬਾਕੀ ਕੀ ਬਣਦਾ ਜੋ ਹੋਊਗਾ ਤੁਹਾਨੂੰ ਦੱਸਾਂਗੇ ਵੀਲ ਟੁੱਟ ਗਿਆ ਕਾਲੇ ਵੀਲ ਪਾਉਣੇ ਹੀ ਚਲੋ ਇਹੀ ਕਿਸਮਤ 'ਚ ਆ ਮਿੱਤਰੋ ਘੱਟੋ ਘੱਟ ਸਵੇਰ ਦੇ ਆਏ ਹਾਂ ਤਿੰਨ ਚਾਰ ਘੰਟੇ ਹੋ ਗਏ ਅਤੇ ਨਾਲ ਸੀਗਾ ਠੇਕਾ ਸੌਂ ਲੱਗੇ ਖਾਧਾ ਸਵੇਰ ਦਾ ਕੁਛ ਨਹੀਂ ਭੁੱਖ ਲੱਗ ਗਈ ਅਤੇ ਫਿਰ ਯਾਰ ਵੀ ਬੈਠੇ ਆ ਹਾਥੇ ਦੇ ਚੈੱਕ ਕਰ ਰਹੀ ਨਾਲੇ ਬੀਅਰ ਪੀ ਕੇ ਫਿਰ ਜਾਵਾਂਗੇ ਐਡ ਟੂਰ ਪਵਾ ਕੇ ਫਿਰ ਜਾਵਾਂਗੇ ਨੀਲ ਟੁੱਟ ਗਿਆ ਕਾਲੇ ਰੰਗ ਦੇ ਜਿਹੜੇ ਸੀਗੇ ਉਹ ਨਹੀਂ ਪਏ ਫਿਰ ਸਿਲਵਰ ਪਵਾਉਣੇ ਪੈਣ ਲੱਗੇ ਆ ਚਲੋ ਸਿਲਵਰ ਹੀ ਪਵਾ ਲੈਣੇ ਆ ਪਰ ਥੋੜ੍ਹੇ ਡਿਫਰੈਂਟ ਆ ਉਹਦੇ ਨਾਲੋਂ ਅਤੇ ਬੀਅਰ ਪੀ ਕੇ ਯਾਰ ਨੇ ਸੈਟਿੰਗ ਲੋ ਵੀ ਆ ਗਿਆ ਆਪਣਾ ਟਾਇਰ ਦਿਖਾ ਤਾ ਉੱਦਾਂ ਵੀ ਪਾ ਕੇ ਦਿਖਾਉਣੇ ਆ ਅਤੇ ਉਹਦੇ ਨਾਲੋਂ ਥੋੜ੍ਹਾ ਜਿਹਾ ਲੱਗ ਗਿਆ ਇਹ ਥੋੜ੍ਹੇ ਜਿਹੇ ਮੈਂ ਚੱਲ ਲੈਣਾ ਲੂਣਾ ਹੀ ਵਾਲੇ ਆ ਅਤੇ ਉਹ ਥੋੜ੍ਹਾ ਪਲੇਨ ਆ ਅਤੇ ਹੁਣ ਜਦੋਂ ਪੈ ਗਏ ਉਦੋਂ ਚੈੱਕ ਕਰਾਵਾਂਗੇ ਕਾਲੇ ਵਾਲੇ ਫਿਰ ਆਪਾਂ ਕੈਂਸਲ ਹੀ ਕਰਤੇ ਹੈ ਨਾ ਉਦੋਂ ਮੀਂਹ ਪੈ ਗਿਆ ਬੱਟੇ ਬਹੁਤ ਹੋ ਗਏ ਆ ਨਹੀਂ ਲਗਜ਼ਰੀ ਹੈ ਯਾਰ ਉਹ ਇਦਾਂ ਨਾ ਕਹਿ ਲਗਜ਼ਰੀ ਆ ਆਹ ਚੈੱਕ ਕਰੋ ਫਿਰ ਆਹ ਬੋਨੇ ਹੁਣ ਪਾ ਕੇ ਫਿਰ ਦਿਖਾਉਂਦੇ ਤੁਹਾਨੂੰ ਕੀ ਬਣਦਾ ਸਤਾਰ ਜੀ ਕਦੋਂ ਤੱਕ ਕੰਮ ਹੋ ਜਾਏਗਾ ਬੜੀ ਨਹੀਂ ਪੁੱਛਿਆ ਕਦੋਂ ਤੱਕ ਹੋ ਜਾਏਗਾ ਲੋਈ ਬਲੈਕ ਕਰਾ ਦੀ ਹੈ ਅੰਦਰੋਂ ਯੋਂਗਸ ਗੈਂਗ ਮੱਤ ਵੱਜ ਗਈ ਉੱਤੋਂ ਬੀਰਾਂ ਪੀ ਲੀਆਂ ਭੈਣ ਓਏ ਚਲੋ ਜੀ ਫਾਈਨਲੀ ਗਏ ਸ਼ਾਮ ਪੈ ਗਈ ਆ ਅਤੇ ਸ਼ਾਮ ਨੂੰ ਟਾਇਰ ਪੈਣ ਲੱਗੇ ਆ ਸਵੇਰ ਦੇ ਆ ਗਏ ਤੁਹਾਡੇ ਕੋਲ ਉਹਦਾ ਟਾਈਮ ਕੱਢ ਕੇ ਆਉਣਾ ਚਾਹੀਦਾ ਨਾ ਇੱਕ ਦਿਨ ਪੂਰਾ ਬਈ ਹੈ ਨਾ ਮੈਂ ਕਿਹਾ ਇੱਕ ਦਿਨ ਪੂਰਾ ਕੱਢ ਕੇ ਆਉਣਾ ਚਾਹੀਦਾ ਤੁਹਾਡੇ ਕੋਲ ਸਾਰਾ 10-15 ਮਿੰਟ ਦਾ ਕੰਮ ਸੋਚਿਆ ਜੀ ਮੈਂ ਕਿਹਾ ਵੱਧ ਤੋਂ ਵੱਧ ਘੰਟਾ ਲੱਗ ਜੂਗਾ ਹਾਂ ਲਓ ਬਾਕੀ ਜਦੋਂ ਚਾਰੇ ਪੈ ਗਏ ਫਿਰ ਦੇਖਾਂਗੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਟਾਇਰ ਪਵਾ ਦੇ ਮੇਰੇ ਵੀਰੋ ਟਾਇਰ ਫੋਕਦੇ ਇਹਨੂੰ ਫਟਾਫਟ ਇਹੀ ਘਰੇ ਜਾਈਏ ਲੋ ਜੀ ਸਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਲੱਗੇ ਤੁਹਾਨੂੰ ਸਾਰਿਆਂ ਨੂੰ ਸੋਹਣੇ ਲੱਗਦੇ ਪਏ ਭਾਜੀ ਹੈ ਉਸਤਾਦ ਸੋਹਣੇ ਲੱਗ ਰਹੇ ਆ ਬੜੀਆ ਬਸ ਪਹਿਲਾ ਕਮੈਂਟ ਤਾਂ ਮਿਲ ਗਿਆ ਲੋ ਵੀ ਮਿੱਤਰੋ ਕਹਿੰਦੇ ਜੀ ਟਾਇਰ ਪੈ ਗਏ ਆ ਅਤੇ ਰੌਂਡੀ ਕੱਢ ਕੇ ਦੇਖਣ ਲੱਗੇ ਆਪਾਂ
ਥੈਂਕ ਯੂ ਭਾਜੀ ਠੀਕ ਹੈ ਸਰ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਚੰਗਾ ਜੀ ਲਓ ਵੀ ਮੈਂ ਹੁਣ ਨਵੇਂ ਟਾਇਰਾਂ ਵਾਲੀ ਫੀਲਿੰਗ ਲਈਏ ਆਪਾਂ ਚਲਾਣ ਚ ਹੈਗਾ ਥੋੜਾ ਫਰਕ ਪਿਆ ਚੰਗਾ ਜੀ।